ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਅੱਜ ਲੱਗੇ ਸੀ ਕਣਕ ਬੀਜਣ ਸੁਪਰ ਸੀਡਰ ਨਾਲ। ਸੁਪਰ ਸੀਡਰ ਹੈਗਾ 7 ਕੁੱਤਾ, ਟਰੈਕਟਰ ਹੈਗਾ ਫਾਰਮ 65, ਅਤੇ ਤਵੀਆਂ ਮਾਰ ਕੇ ਛੱਡੀਆਂ ਹੋਈਆਂ ਇਕੱਲੀਆਂ, ਅੱਗ ਲਾ ਕੇ ਤਵੀਆਂ ਮਾਰ ਕੇ ਅਤੇ ਅੱਜ ਦੇਣੇ ਬੀਜ ਕੇ ਕੀ ਕਹਿਣਾ। ਝੋਨਾ ਖੜ੍ਹਾ ਇੱਧਰ ਬੀਜੀ ਵੱਢਣ ਵਾਲਾ, ਕਣਕ ਆਪਾਂ ਬੀਜੀ ਜਾਂਦੇ ਹਾਂ ਨਾਲ ਲੱਗਦੇ। ਵੀਹ ਬੀਜ ਰਹੇ ਆਪਾਂ 327, ਅਤੇ ਵੀਹ ਪਾਈ ਜਾਂਦੇ ਹਾਂ 32-35 ਕਿਲੋ, ਮੰਨ ਲਓ 32 ਕਿਲੋ ਦੇ ਆਰ ਬਾਰ ਆਪਣੀ 5 ਕਨਾਲਾਂ 'ਚ ਵਿਖੇ।
ਹੋਵੇ ਮਿੱਤਰੋ, ਕਰਤਾ ਇਸ ਸੁਹਾਗ ਵਾਲਾ ਕੰਮ ਨੱਕੀ ਵੀਰ ਆਪਣਾ ਗੁਰਜੀਤ ਸਿੰਘ ਸੰਧੂ ਪਰ ਗੌਰੀ ਪਹੁੰਚ ਗਿਆ ਜੇ ਖੇਤ ਮਾਰ ਕੇ ਸੁਹਾਗਾ 1.5-2 ਕਿੱਲੇ ਉੱਤੇ ਲੈ 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 ਉਸ ਤੋਂ ਬਾਅਦ ਬਸ ਉਹ ਸਿਰ ਜਿਹੜਾ ਖੇਤ ਜਾਣਾ ਆਪਾਂ 5-6 ਕਿਲੋਮੀਟਰ ਆਪਣੇ ਘਰੋਂ ਇੱਥੋਂ ਉੱਥੇ ਅੱਜ ਅੱਗ ਉੱਗ ਲਾ ਕੇ ਅਤੇ ਕਰਦੇ ਹਾਂ ਨੱਕੀ ਉਹ ਵੀ ਬਸ ਰੱਬ ਸੁੱਖ ਰੱਖਿਆ ਅੱਜ ਆਥਣ ਤਾਂ ਹੀ ਬੀਜ ਦੇਵਾਂਗੇ ਉਹ ਵੀ ਉੱਥੇ ਤੋਂ ਆ ਕੇ ਹੁਣ ਆਹ ਸੀਗਾ ਜਿਹੜਾ 1.5 ਵੀਘਾ ਆਪਣੇ ਉਹ ਮਾਰ ਕੇ ਸੁਹਾਗਾ ਅਤੇ ਫਿਰ ਉਹ ਘਰ ਲੱਗੇ ਲਿਜਾਣਾ ਆ ਗਿਆ ਦੀ ਨੱਕਾ ਜਾ ਲੀਕ ਹੈ ਪਾਣੀ ਮੋਟਾ ਮੋਟਾ ਤਾਂ ਮੈਂ ਕਰ ਦਈਏ ਸੈੱਟ ਇਹਨੂੰ ਵੀ ਲਿਆ ਵੀ ਲੈ ਲਾਏਗਾ ਨੱਕਾ ਕੇ ਤੇ ਸਿੱਖ ਫਿਰ ਸਿੱਖਿਆ ਕਦੋਂ ਹਜੇ ਹੋਰ ਵੱਡਾ ਹੋਏਗਾ ਹੁਣ ਅੱਜ ਛੁੱਟੀ ਸੀ ਜਵਾਕਾਂ ਨੂੰ ਵੀ ਚਾਅ ਚੜਿਆ ਪਿਆ ਇਹਨਾਂ ਨੂੰ ਬਸ ਗੇੜੇ ਦੇਈ ਜਾਂਦੇ ਆ ਹੁਣ ਚਾਹ ਛੁੱਟੀ ਹੈ ਅੱਜ ਸ਼ਨੀਵਾਰ ਕੱਲ੍ਹ ਐਤਵਾਰ 2 ਛੁੱਟੀਆਂ ਇਕੱਠੀਆਂ ਲੈ ਵੀ ਡਰਾਈਵਰ ਤਿਆਰ ਹੈ ਸਾਡਾ ਛੋਟਾ ਸਿੱਖ ਗਿਆ
ਬਾਬੇ ਉਹ ਆ ਗਏ ਸੀ ਖੇਤ ਅਤੇ ਮੱਛਰ ਮਾਰਨ ਦਾ ਪੂਰਾ ਪੂਰਾ ਪ੍ਰਬੰਧ ਆ ਜੇ ਆਪਾਂ ਕਰਤਾ ਇੱਥੇ ਆ ਦੇਖੋ ਤੁਸੀਂ ਕੋਈ ਅੱਗ ਨਹੀਂ ਲਾਈ ਕੁਛ ਨਹੀਂ ਕੀਤਾ ਸਿਰਫ ਮੱਛਰ ਦਾ ਪ੍ਰਬੰਧ ਕੀਤਾ ਜੀ ਆਪਾਂ ਐਵੇਂ ਲੋਕ ਕਰੀ ਜਾਂਦੇ ਐਂ ਕਰਤਾ ਜੀ ਉਹ ਕਰਤਾ ਉਹ ਕਰਤਾ ਇਹ ਸਿਰਫ ਮੱਛਰ ਦਾ ਇਲਾਜ ਆ ਇੱਧਰ ਲਿਆ ਅਠਾਰਾਂ ਤਵੀਆਂ ਹੁਣ ਜੋੜਾਂਗੇ ਇੱਧਰ ਉਹ ਸਾਹਮਣੇ ਉਸ ਤਾਈਂ ਉਸ ਤੋਂ ਬਾਅਦ ਅਗਲਾ ਘੇਰਾ ਜੋ ਕਿ ਲਿਆ ਹੈ ਜੋੜ ਦੇਣਾ ਦੇਖੋ ਇੱਧਰ ਕਿਉਂ ਹੋ ਜਾਂਦਾ ਨਾ ਰੱਬ ਨੂੰ ਸਿੱਧਾ ਧੂੰਆਂ ਵੀ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਮਤਲਬ ਆ ਗੁੱਟ ਇਦੋਂ ਅੱਗੇ ਹਰਿਆਣਾ ਸਟਾਰਟ ਹੋ ਜਾਂਦਾ ਆ ਲੀਹ ਤੋਂ ਅੱਗੇ ਥੋੜ੍ਹਾ ਜਿਹਾ ਗਾਂਹ ਤਾਈਂ ਅਤੇ ਹਰਿਆਣਾ ਸਟਾਰਟ ਹੋ ਜਾਂਦਾ ਇੱਧਰੋਂ ਇਹ ਰਾਜਸਥਾਨ 'ਚ ਆਪਣਾ ਖੇਤ ਆਪਣੀ ਜ਼ਮੀਨ ਆਪਣਾ ਘਰ ਆਪਣਾ ਪਿੰਡ ਇਸ ਪਾਸਿਓਂ ਹਰਿਆਣੇ ਆਹ ਰਾਜਸਥਾਨ ਦਾ ਕੇਰਲਾ ਪਿੰਡ ਹੈ ਇਦੋਂ ਬਾਅਦ ਆਪਣੇ ਪਿੰਡ ਤੋਂ ਅਗਲਾ ਪਿੰਡ ਜਿਹੜਾ ਆਪਣਾ ਪਿੰਡ ਹੈਗਾ ਤਲਵਾੜਾ ਝੀਲ ਇਦੋਂ ਅਗਲਾ ਪਿੰਡ ਜਿਹੜਾ ਆਉਂਦਾ ਉਹ ਹੈਗਾ ਤਲਵਾੜਾ ਖੁਰਦ ਝੀਲ ਜਿਹੜਾ ਆਪਣੇ ਨਾਲ ਤਲਵਾੜਾ ਝੀਲ ਇਹ ਹੈਗਾ ਰਾਜਸਥਾਨ 'ਚ ਅਤੇ ਤਲਵਾੜਾ ਖੁਰਦ ਉਹ ਹਰਿਆਣੇ 'ਚ ਆ ਜਾਂਦਾ ਉਹ ਹਰਿਆਣੇ ਦਾ ਪਹਿਲਾ ਪਿੰਡ ਹੈ ਆਪਣੀ ਸਾਈਡ ਤੋਂ ਮੰਨ ਲਓ ਆਪਣਾ ਅਤੇ ਇਹ ਰਾਜਸਥਾਨ ਦਾ ਕੇਰਲਾ ਪਿੰਡ ਹੈ ਛੱਡਣਾ ਪਊਗਾ ਅਤੇ ਨਹੀਂ ਫਿਰ ਮੰਨ ਲਓ ਪਿਛਲੇ ਪੈਰ ਦੇ ਚਲੋ ਜੋੜ ਦਿਆਂਗੇ ਰੋਟਾਵੇਟਰ
ਦੇਖੋ ਕੀ ਬਣਦਾ, ਰੋਟਾਵੇਟਰ ਲੋੜ ਪੈਂਦੀ ਹੈ ਜਾਂ ਫਿਰ ਸੁਪਰ ਸੀਡਰ ਨਾਲ ਹੀ ਬੀਜ ਦਿਆਂਗੇ ਜੀ, ਲੋਟ ਜਿਹਾ ਲੱਗਿਆ ਤੜਕੇ। ਤੁਹਾਨੂੰ ਗਾਣਾ ਸੁਣਾਉਣੇ ਅੱਜ, ਮੈਂ ਗਾਣੇ ਵੀ ਲਿਖਿਆ ਹੋਇਆ ਜਿਹੜਾ, ਉਹ ਗਾਣਾ ਸੁਣਾਉਣੇ ਤੁਹਾਨੂੰ ਕੁਝ ਬੋਲ ਉਹਦੇ। ਕਹਿੰਦਾ ਦੱਸ ਕਿਹੜੀ ਲੁੱਕ ਵਿੱਚ ਤੈਨੂੰ ਹਵਦਾ ਨੀ ਜੱਟ ਕੁੜੇ, ਛੱਤੀ ਤੀ ਹੌਲੈਂਡ ਵਾਂਗੂ ਦਬਦਾ ਨੀ ਜੱਟ ਕੁੜੇ, ਵੈਰੀ ਨੂੰ ਇੰਜ ਪਈਦਾ ਵੈਰੀ ਨੂੰ ਇੰਜ ਪਈਦਾ, ਜੋ ਪੈਂਦੀ ਕਹੀ ਵੱਟਾਂ ਨੂੰ ਬਿਜਣੀ ਤੇ ਵੱਢਣੀ ਅੱਲੜੇ, ਆਉਂਦੀ ਆ ਜੱਟਾਂ ਨੂੰ ਬਿਜਣੀ ਤੇ ਵੱਢਣੀ ਅੱਲੜੇ, ਆਉਂਦੀ ਆ ਜੱਟਾਂ ਨੂੰ ਬਿਜਣੀ ਤੇ ਵੱਢਣੀ ਅੱਲੜੇ। ਠੀਕ ਹੈ ਮਿੱਤਰੋ, ਆ ਬਲੌਗ 'ਚ ਪਾਉਣਾ ਕਲਿੱਪ ਆਪਣਾ, ਅਤੇ ਦੱਸਿਓ ਗਾਣਾ ਵੀ ਕਿਵੇਂ ਹੈ, ਆਵਾਜ਼ ਵੀ ਤਾਂ ਆਪਣੀ ਚਲੋ ਐਸੀ ਵੈਸੀ ਉਹਦੇ ਕਹਿਣ ਤਰ੍ਹਾਂ, ਕਿਹੜਾ ਲੈਣਾ ਲਿਖੀਆਂ ਸੀ ਮੈਂ, ਹੈ ਚਲੋ ਦਰਸ਼ਕਾਂ ਦੇ ਰੂਬਰੂ ਕਰ ਦਈਏ। ਦੱਸਿਓ ਬਾਕੀ ਕਿਵੇਂ ਆ, ਫਿਰ ਸਾਰਾ ਗਾਣਾ ਵੀ ਤੁਹਾਨੂੰ ਇੱਕ ਦਿਨ ਸੁਣਾ ਦਿਆਂਗੇ ਆਹ, ਅਤੇ ਬਲੌਗ ਤੁਸੀਂ ਸ਼ੇਅਰ ਕਰਦੇ ਰਹੋ ਆਪਣਾ। ਬਲੌਗ ਮਿੱਤਰੋ ਤਵੀਆਂ ਮਾਰ ਕੇ ਹੁਣ ਆਪਾਂ ਚੱਲੇ ਸੀ ਘਰ ਨੂੰ, ਤਵੀਆਂ ਮਾਰਦੀਆਂ ਜੇ ਤੜਕੇ ਸੁਪਰ ਸੀਡਰ ਮਿਲ ਗਿਆ ਆਪਾਂ ਨੂੰ, ਕੱਟਕੇ ਬੀਜ ਦਿਆਂਗੇ, ਨੱਕੀ ਕਰਤਾ ਗਿਆ ਸੀ ਹੁਣ ਦੂਰ ਸੀਗਾ ਖੇਤ ਰਹਿਦਾ ਹੀ ਸੀਗਾ, ਚਲੋ ਇਹ ਨੱਕੀ ਹੋ ਗਿਆ, ਬਾਕੀ ਤਾਂ ਆਰਾਮ ਨਾਲ ਆਪਾਂ ਹੌਲੀ ਹੌਲੀ ਕਰ ਹੀ ਲੈਂਦੇ ਹਾਂ, ਇਹ ਤਾਂ ਆਏ ਸੀ ਚਲੇ ਨਿਪਟ ਜੀ ਨੱਕੀ ਹੋ ਜਾਊਗਾ ਵਧੀਆ। ਤੜਕੇ 7 ਵਜੇ ਕਹਿੰਦੇ ਸੁਪਰਾ ਵਜੇ ਨਾ ਆਜੂਗਾ, ਨਹੀਂ ਤਾਂ ਫਿਰ ਜਿੰਨਾ ਉਹ ਨਾ ਮਿਲਦਾ ਫਿਰ ਆਪਾਂ ਨੂੰ ਰੋਟਾ ਵੇਟਰ ਮਾਰਨਾ ਪੈਣਾ ਸੀ, ਫਿਰ ਹਾਲ ਫੇਰ ਸੁਹਾਗਾ, ਪਰ ਹੁਣ ਚਲੋ ਮਿਲ ਗਿਆ ਵਧੀਆ, ਤਵੀਆਂ ਮਾਰਦੀਆਂ ਵਧੀਆ, ਇੱਕ ਵਾਰੀ ਤੜਕੇ ਲੋੜ ਪਈ ਤਾਂ ਮੁਹਰੇ ਮੁਹਰੇ ਹਲ ਮਾਰ ਦਿਆਂਗੇ, ਅਤੇ ਨਹੀਂ ਫਿਰ ਐਵੇਂ ਸਿੱਧੇ ਵਜਾ ਦਿਆਂਗੇ, ਉਹ ਜਦੋਂ ਫਿਰ ਦੇਖਣਾ ਦਿੱਤਾ ਮੈਂ ਬਾਕੀ ਤਾਂ ਤੜਕੇ ਬੀਜ ਕੇ ਸਾਰਾ ਉਦੋਂ ਦੇਖਿਓ ਤੁਸੀਂ।
ਆਪਾਂ ਬੀਜੀ ਜਾਂਦੇ ਹਾਂ 359 359 ਦਾ 5 ਕਨਾਲਾਂ 'ਚ ਬੀਜ ਪਾਈ ਜਾਂਦੇ ਹਾਂ ਲਗਭਗ 27-28 ਕਿਲੋ 25-30 ਦੇ ਵਿੱਚ ਮੰਨ ਲਓ 26-27 ਰਸਾਇਣ ਠੀਕ ਹੈ ਜੀ ਬਾਕੀ ਸਫਾਈ ਵੀ ਵਧੀਆ ਹੈ ਜੀ ਸੁਪਰ ਸੀਡਰ ਦੀ ਹੈ ਵੀ 8 ਫੁੱਟਾਂ 8.5 ਫੁੱਟਾਂ ਅਤੇ ਟਰੈਕਟਰ ਤੁਸੀਂ ਦੇਖ ਹੀ ਲਿਆ ਭਰ ਕੇ ਚੱਲਦਾ ਚਾਚਾ ਸਿਓ ਬੀਜੀ ਜਾਂਦਾ ਕਣਕ ਆ ਬੱਟਾਂ ਵਾਲੇ ਥਾਂ ਆ ਕੇ ਦੱਬ ਜੇ ਜਾਂਦਾ ਮਾੜੇ ਚੋਂ ਭਰ ਜਾਂਦਾ ਇੱਕ ਤਾਂ ਮਾਰ ਆ ਬੱਟਦੀ ਇੱਥੇ ਜੀ ਪਹਿਲਾਂ ਹਾਂ ਵੀ ਬੇਟਾ ਗੋਰੀ ਕਿਵੇਂ ਆ ਸੈੱਟ ਹੈ ਤੇ ਰਿਵਿਊ ਕੋਈ ਜਰਾ ਤੂੰ ਤਾਂ ਨਹੀਂ ਵਜਾਉਂਦਾ ਇਹ ਨਾਲ ਤੁਹਾਡੇ ਨਾਲ ਹੀ ਦੇ ਬਹਾਨੇ ਪਰ ਹਨਾ ਆ ਰਹਿ ਗਿਆ ਲਗਭਗ 2.5-1 ਵੀਘੇ ਰਹਿ ਗਏ ਆ ਸਹੀ ਹੋ ਜਾਏ ਬੜਾ ਆਏ ਨਹੀਂ ਕਰਨ ਲੱਗੇ ਥੋੜ੍ਹਾ ਜਿਹਾ ਪਰ ਆਏ ਕਰ ਦਿੰਦਾ ਥੋੜ੍ਹਾ ਬਿੰਦੂ ਬਣਾ ਕਿੰਨੀ ਰੇਸ ਤੇ ਹੈ ਰੇਸ ਕਿਤਨੀ ਹੈ ਰੇਸ ਕਿੰਨੀ ਹੈ ਰੇਸ 1500 ਚੱਕਰਾਂ ਤੇ ਚੱਲੀ ਜਾਂਦੇ ਜਮਾਂ ਆਰਾਮ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ 1500 ਹੈ 200 ਤੋੜਦਾ ਵੀ ਹੋਣਾ ਚੱਕਰ 150 ਮੰਨ ਲਾ ਸਤਾਰਾਂ ਬਾਕੀ ਫਾਇਦਾ ਵੀ ਹੈਗਾ ਕਰ ਸੁਪਰ ਸੀਡਰ ਦਾ ਬਾਕੀ ਸੰਦਾਂ ਦੀ ਘਸਾਈ ਅਤੇ ਮੱਥਾ ਕਮਾਈ ਬਚ ਜਾਂਦੀ ਹੈ ਕਰੂੰ ਦਾ ਹੁਣ ਇਹ ਖੇਤ ਆਪਣਾ ਘੱਟੋ ਘੱਟ ਘਰੋਂ 6-7 ਕਿਲੋਮੀਟਰ ਦੂਰ ਹੈ ਅਤੇ ਉੱਥੋਂ ਜੇ ਹੁਣ ਮੰਨ ਲਓ ਸਾਰੇ ਸੰਦ ਲਾ ਲਓ ਇਕੱਲਾ ਇਕੱਲਾ ਸੰਦ ਲਿਆਉਣਾ ਪੈਂਦਾ ਅਤੇ ਰਾਹਾਂ ਦਾ ਤੇਲ ਆਪਦੀ ਮੱਥਾ ਕਮਾਈ ਜੋੜਾ ਜੜਾਈ ਹੋ ਜਾਂਦੀ ਹੈ ਉਹ ਚੀਜ਼ਾਂ ਦਾ ਹਿਸਾਬ ਦੇਖੀ ਅਤੇ ਕਰਤਵੀਆਂ ਮਾਰੀਆਂ ਅਤੇ ਵੈਸਾ ਕਣਕ ਬੀਜੀ ਗਈ ਅਤੇ ਜੇ ਆਪਾਂ ਨੂੰ ਵਾਹ ਕੇ ਉਵੇਂ ਬੀਜਣੀ ਹੁੰਦੀ ਫਿਰ ਤਵੀਆਂ ਉੱਤੋਂ ਹੁਣ ਅੱਜ ਰੋਟਾਵੇਟਰ ਚੱਲਦਾ ਰੋਟਾਵੇਟਰ ਮਾਰ ਕੇ ਫਿਰ ਮੰਨ ਲਓ ਵੀ ਆਹ ਹਲ ਹਲ ਵੱਜ ਕੇ ਫਿਰ ਉਹਨੂੰ ਹਵਾ ਲਗਾਉਣੀ ਪੈਂਦੀ ਕਿਉਂਕਿ ਸੁਪਰ ਸੀਡਰ ਦੇ ਹਿਸਾਬ ਨਾਲ ਤਾਂ ਬਾਹਣ ਠੀਕ ਹੈ ਚਲੋ ਗਿੱਲ ਵਧੀਆ ਅਤੇ ਉਵੇਂ ਬੀਜੇ ਫਿਰ ਉਹ ਉਸ ਹਿਸਾਬ ਨਾਲ ਗਿੱਲ ਜ਼ਿਆਦਾ ਥੋੜ੍ਹੀ ਸੁਪਰ ਸੀਡਰ ਨੂੰ ਗਿੱਲ ਥੋੜ੍ਹੀ ਕਹਿੰਦੇ ਜ਼ਿਆਦਾ ਗਾਹੀ ਜਾਂਦੀ ਹੈ ਅਤੇ ਫਿਰ ਹਲਾਂ ਉੱਤੋਂ ਫਿਰ ਸੁਹਾਗਾ ਫਿਰ ਜਾ ਕੇ ਕਿਤੇ ਬੀਜੀ ਜਾਂਦੀ 6 ਕਿਲੋਮੀਟਰ ਆਉਣਾ ਜਾਣਾ ਰੱਖ ਲਓ 2 ਲੀਟਰ ਤੇਲ ਆਉਣ ਜਾਣ ਦਾ ਟਰੈਕਟਰ ਖਾ ਜਾਂਦਾ 10-12 ਲੀਟਰ ਕਿਲੋਮੀਟਰ ਬਣ ਜਾਂਦਾ ਆਉਣ ਜਾਣ ਅਤੇ ਇਸ ਕਰਕੇ ਫਿਰ
ਸਾਢੇ ਪੰਜ ਕਨਾਲਾਂ ਦੀ ਮੰਨ ਲਓ ਵੀ ਵੱਧ ਤੋਂ ਵੱਧ 1000 ਰੁਪਇਆ ਕਿਰਾਇਆ ਚੱਲਦਾ ਸੁਪਰ ਸੀਡਰ ਦਾ, ਉਹ ਕੋਈ 850 ਵੀ ਲਈ ਜਾਂਦਾ 900 ਵੀ, 1000 ਸਿਰਾ ਹੱਥ ਹੈ ਮੰਨ ਲਓ, ਅਤੇ ਘੱਟੋ ਘੱਟ 900-850 ਵੈਸਾ ਆਏ ਜੀ ਘੱਟੋ ਘੱਟ ਹੈ। ਅਤੇ ਜਿਵੇਂ ਆਪਾਂ ਵਾਹ ਕੇ ਬੀਜਦੇ ਹਾਂ ਤਾਂ ਵੀ ਤੁਹਾਨੂੰ ਪਤਾ ਵੀ 1000 ਰੁਪਏ ਦਾ ਤੇਲ ਮੱਚ ਜਾਂਦਾ ਪੱਟਾਂ ਪਾਉਣ ਤਾਂ ਹੀ, ਆਪਾਂ ਟੋਟਲ ਸੁਣਦਾ ਜੀ ਤੁਸੀਂ ਘਸਾਈ ਉਹ ਅੱਡ ਹੈ ਜੀ, ਇਕੱਲਾ ਤੇਲ ਹੀ ਲੱਗ ਜਾਂਦਾ ਆਪਣਾ 1000 ਰੁਪਏ ਦਾ ਤਾਂ, ਸੰਦਾਂ ਦੀ ਜੋੜਾ ਜਿਹੜਾ ਜੀ ਘਸਾ ਘਸਾਈ ਆਪਦੀ ਮਤਾਂ ਉਹ ਅੱਡ ਹੈ ਜੀ। ਦੋ ਵਾਰੀ ਤਵੀਆਂ, ਇੱਕ ਵਾਰੀ ਤਵੀਆਂ ਹੋ ਗਈਆਂ, ਰੋਟਾਵੇਟਰ ਹੋ ਗਿਆ, ਹਲ ਹੋ ਗਿਆ, ਸੁਹਾਗਾ ਫਿਰ ਬਿਜਾਈ ਫਿਰ ਵੱਟਾਂ ਵਾਲੀ, 5 ਸੰਦ ਘੜੀਤਣੇ ਪੈਂਦੇ ਆ। ਚਲੋ ਵੱਟਾਂ ਤਾਂ ਹੁਣ ਵੀ ਪਾਉਣੀਆਂ ਸਰ, ਅਤੇ ਫਿਰ ਵੀ ਚਾਰ ਕਸਾ ਕਸਾਈ ਜੋੜਾ ਜਿਹੜਾ ਜੀ ਬਹੁਤ ਹੋ ਜਾਂਦੀ ਮੱਥਾ ਉਹਦਾ ਆਉਣਾ ਜਾਣਾ ਰਾਹਾਂ ਦਾ। ਬਾਕੀ ਘਰਾਂ ਦੇ ਨੇੜੇ ਜਿਹੜੇ ਆਪਣੇ ਪੈਲੀ ਹੈ ਉਹ ਆਪਾਂ ਵਾਹ ਕੇ ਬੀਜਾਂਗੇ ਸਾਰੀ। ਅੱਜ ਲੱਗੀ ਸੀ ਮਸ਼ੀਨ,
10 ਕਿੱਲੇ ਸੀ ਇੱਥੇ ਵੱਢਣ ਵਾਲੇ, ਦਸਾਂ ਚੋਂ ਰਹਿ ਗਏ ਹੁਣ 3 ਕੁ ਰਹਿ ਗਏ। ਦੋਵੇਂ ਟਰਾਲੀਆਂ ਆਪਣੇ ਵਾਲੇ ਹੋਲੈਂਡ ਮਗਰ ਹੀ ਪਾ ਕੇ ਲਿਆਏ ਸੀਗੇ, ਕਿਉਂਕਿ ਟਰੈਕਟਰ ਹੋਰ ਵਿਹਲੇ ਨਹੀਂ ਸੀ ਅੱਜ, ਇਸ ਕਰਕੇ ਅਤੇ ਮਗਰ ਪਾ ਲਿਆਏ ਸੀ। ਟਰਾਲੀ ਇਹ ਵੀ ਨੇੜੇ ਆ, ਟਰਾਲੀ ਉਹ ਪੈਸੇ ਪੈ ਜਾਣਗੇ 2 ਟੈਂਕ, ਮੈਨੂੰ ਲੱਗਦਾ 2 ਕੈਚ ਪੈ ਜਾਣਗੇ, ਫੁੱਲ ਹੋ ਜਾਣਗੀਆਂ ਟਰਾਲੀਆਂ ਇਹ ਤਾਂ ਦੋਵੇਂ। ਬਾਹਰ ਵਧੂ ਆ ਜਿੰਨਾ ਹੋ ਚਲੋ ਜਿਹੜਾ ਲਾ ਲਾਂਗੇ। ਖਰਾਬ ਅਤੇ ਦੇਣੇ ਚੜ੍ਹਦਾ ਕਿ ਜਾਂ ਖਰਾਬ ਐਂ ਹੋ ਗਿਆ ਵੀ ਇਦੋਂ ਪਹਿਲਾਂ 2 ਟਰਾਲੀਆਂ ਜਿਹੜੇ ਮਗਰ ਅਤੇ ਉਹ ਇੱਥੇ ਚੜ੍ਹਿਆ ਨਹੀਂ, ਉਦੋਂ ਇੱਕ ਕਰਕੇ ਚੜ੍ਹਾਈ ਫਿਰ ਉਹ ਸਲਿੱਪ ਕਰਕੇ ਆਪਣਾ ਹੋ ਗਿਆ। ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਵੀ ਮਿੱਤਰੋ ਲੈ ਗਿਆ। ਆਹ ਦੇਖ ਲਓ ਇੱਧਰ ਹਾਲ, ਇਹ ਹਾਲ ਦਾ ਕਾਰਨ ਹੈ ਇੱਦੋਂ ਪਹਿਲਾਂ 2 ਟਰਾਲੀਆਂ ਸੀ ਮਗਰ ਇਹਦੇ ਅਤੇ ਚੜ੍ਹਾਉਣ ਦੀ ਕੋਸ਼ਿਸ਼ ਕਰਦੇ ਸੀ, ਪਰ ਤੁਹਾਨੂੰ ਪਤਾ ਇੰਨਾ ਪੀਕ ਵਾਲੀ ਆ ਰੇਤਾ ਇੰਨੇ ਭੁੱਬਲ ਜੀ ਮਿੱਟੀ ਕਰਕੇ ਸਲਿੱਪ ਕਰਦਾ ਸੀ ਜ਼ਿਆਦਾ ਅਤੇ ਟੋਹੇ ਪੱਟ ਲੈਂਦਾ ਸੀ ਉਹਨਾਂ ਕਾਰਨ, ਅਤੇ ਉਹਦੇ ਕਾਰਨ ਫਿਰ ਟੋਹੇ ਪੱਟ ਕੇ ਲੀਆ ਖਰਾਬ ਹੋ ਗਿਆ। ਝੋਨੇ ਤੋਂ ਬਾਅਦ ਕਣਕ ਦੀ ਤਿਆਰੀ ਹੈ ਜਿਹੜੀ ਕਰੀ ਜਾਂਦੇ, ਹਲ ਵੱਜੀ ਜਾਂਦੇ, ਇਦੂ ਬਾਅਦ ਰੋਟਾਵੇਟਰ ਮਾਰਾਂਗੇ। ਪਹਿਲਾਂ ਤਵੀਆਂ ਦੀ ਸਲਾਹ ਸੀ, ਫਿਰ ਕਹਿੰਦੇ ਚਲੋ ਤਜਰਬਾ ਸੀ ਐਂ ਕਰਕੇ ਦੇਖ ਲਈਏ। ਇਸ ਕਰਕੇ ਇੱਧਰ ਆ ਦੇਖੋ, ਇੱਧਰ ਸਾਰੇ ਆਪਣੇ ਪਰਿਵਾਰ ਦੇ ਟਰੈਕਟਰ ਨੇ, ਤਾਈ ਚਾਚਿਆਂ ਦੇ ਹੀ, ਆਪਣੇ ਨਾਲ ਹੋਲੈਂਡ ਆ ਗਿਆ ਅਤੇ ਅੱਗੇ ਦਿਖਾਉਣੇ ਆ ਤੁਹਾਨੂੰ। ਆ ਗਿਆ 59-11 ਬੋਲੇ ਤੋਂ, 69-11 ਆ ਫਾਰਮ, 60 ਆ ਗਿਆ ਆਪਣਾ, 55-30 ਆ ਗਿਆ ਅਤੇ ਇਸ ਤੋਂ ਅੱਗੇ ਇੱਕ ਫਾਰਮ 60 ਉਹ ਚੱਲੀ ਜਾਂਦਾ ਉੱਧਰ। ਥੋੜ੍ਹੀ ਜਿਹੀ ਦਿੱਕਤ ਆ ਗਈ ਸੀ ਕਿਉਂਕਿ ਖਬਰ ਸੁਣੀ, ਗੱਲ ਸੁਣੀ, ਕਹਿੰਦੇ ਵੀ ਗ੍ਰਾਮ 'ਚ ਫੋਟੋ ਨਾ ਖਿੱਚ ਲਏ, ਅੱਗ ਲੱਗੀ ਪਈ ਹੈ, ਐਵੇਂ ਨਾ ਆਊਗਾ, ਇਸ ਕਰਕੇ ਫਿਰ ਕਹਿੰਦੇ ਦੱਬ ਜੋ ਕਿੰਨੀ ਤਾਂ ਫਿਰ ਦੋ ਜੋੜ 'ਤੇ ਕੱਟੀ ਹੈ। ਸਰਕਾਰਾਂ ਨੇ ਲਹੂ ਕੀਤਾ ਜੱਟਾਂ ਦਾ, ਜਿਹੜਾ ਇੱਕ ਉਹ ਚਲੀ ਜਾਂਦਾ ਫਾਰਮ ਕਰਦਾ ਆਪਣਾ, ਸਰਕਾਰਾਂ ਐਂ ਲਹੂ ਪੀਂਦੀਆਂ ਜੱਟ ਦਾ। ਅੱਗ ਲਾ ਕੇ ਹੁਣ ਅੱਗ ਤਾਂ ਲਾਉਣੀ ਆ, ਹੋਰ ਕਰੀਏ ਕੀ ਇਹਦਾ ਦੱਸੋ, ਅੱਗ ਲਾਏ ਤੋਂ ਕਿਹੜਾ ਮੱਚਦੀ ਹੈ ਕਿੱਥੇ, ਅੱਗ ਨਾਲ ਹੀ ਨਹੀਂ ਲੋਟ ਆਉਂਦੀ। ਆ ਦੇਖੋ ਪਰਾਲੀ ਕਿੰਨੀ ਪਈ ਹੈ, ਕਿਵੇਂ ਹੇਠਾਂ ਇਹਦੇ, ਅਤੇ ਬਿਨਾਂ ਅੱਗ ਤੋਂ ਕੀ ਲੋਟ ਆ ਜੂ, ਕਿੱਧਰ ਕਿੱਧਰ ਸੰਭਾਲਾਂਗੇ, ਤਾਂ ਕਰਕੇ ਥੋੜ੍ਹਾ
ਬਾਹਰ ਨਹੀਂ ਕਿਹੜਾ ਹਾਲ ਆ ਨਾ ਗਿਆਰਾਂ ਮਗਰ ਆ 15 ਹਾਲ ਇਹਦੇ ਮਗਰ 13 ਆਪਣੇ ਮਗਰ ਵੀ 13 ਆਪਣੇ ਤੋਂ ਹੋ ਗਿਆ ਅਗਲੇ ਮੱਥੇ ਸਾਂਝੇ ਪਰਿਵਾਰ ਦਾ ਕੰਮ ਫਾਰਮ ਸੱਥ ਵਾਲਾ ਬਾਈ ਕਹਿੰਦਾ ਮੇਰੇ ਨਾਲ ਲਵਾ ਗੇੜੇ ਯਾਰ ਕਹਿੰਦਾ ਐਵੇਂ ਕਦੇ ਇਕੱਲੇ ਤੋਂ ਲੋਟ ਨਹੀਂ ਹੋਣਾ ਇੰਨਾ ਤਾਂ ਕਰਕੇ ਫਿਰ ਨਾਹਰ ਗਰਮ ਇਸ ਖੱਤੇ ਚੋਂ ਪੱਟ ਕੇ ਇੱਧਰ ਲਿਆਉਂਦਾ ਆ ਕੀ ਹੁੰਦਾ ਵੈਸਾ ਇਹਦਾ ਇਹਦਾ ਕੀ ਮਤਲਬ ਹੈ ਯੋ ਯੋ ਹਨੀ ਸਿੰਘ ਬੱਚਾ ਹਨੀ ਸਿੰਘ ਦਾ ਮਿੱਤਰੋ ਅੱਜ ਦਾ ਵਲੋਗ ਸਮਾਪਤ ਕਰਦੇ ਹਾਂ ਇੱਥੇ ਪਹਿਲਾਂ ਸਕੀਮ ਸੀ ਪਹਿਲਾਂ ਉੱਥੇ ਸਮਾਪਤ ਕਰਦੇ ਸੀ ਉਦੋਂ ਚਲੋ ਫਿਰ ਆਵਾਂਗੇ ਅੱਜ ਦਾ ਆਹ ਸੀਨ ਹੈ ਜਿਹੜਾ ਇਹ ਵਾਰ ਵਾਰ ਨਹੀਂ ਬਣਦਾ ਹੁੰਦਾ ਸਰ ਇਸ ਕਰਕੇ ਫਿਰ ਆਹ ਸੀਨ ਵਿੱਚ ਲੈਣਾ ਪਿਆ ਆਪਾਂ ਨੂੰ ਅਤੇ ਇਸ ਤੋਂ ਬਾਅਦ ਬਸ ਇੱਥੇ ਹੁਣ ਰੋਟਾਵੇਟਰ ਇਹ ਦੇਖੂੰਗਾ ਉਹ ਤਾਂ ਹੁਣ ਹੀ ਮਾਰੂੰਗਾ ਰੋਟਾਵੇਟਰ 3 ਫਿਰ ਸੁਬਹਾ ਜਲਦੀ ਤੜਕੇ ਸਦਿਆ ਹਾਂ ਹਜੇ ਆਹ 4 ਕਿੱਲਿਆਂ ਤੋਂ ਬਾਅਦ ਇੱਧਰ ਹੋਰ ਮਾਰਨੇ ਹਾਲ ਕਰ ਅਤੇ ਉਸ ਤੋਂ ਬਾਅਦ ਲੱਗਿਆ ਸਮਾਂ ਬਚਿਆ
ਤਾਂ ਫਿਰ ਇੱਧਰ ਮਾਰ ਦਿਆਂਗੇ ਰੋਟਾਵੇਟਰ। ਤੜਕੇ ਬੀਜਣੇ ਆ ਅੱਠ ਆਹ ਅਤੇ ਦੋ ਡੇਢ ਮੰਨ ਲਓ 10 ਕਿੱਲੇ ਆ ਤੜਕੇ ਬੀਜਣੇ ਬੀਜਣੇ ਆ ਇਹ ਬਸ। ਬਾਪੂ ਕਹਿੰਦਾ ਮੁੰਡੇ ਹੋ ਜਾਓ ਤਿਆਰ ਆ ਬੀਜਣੇ ਆ ਤੁਸੀਂ ਜਿਵੇਂ ਮਰਜ਼ੀ ਕਰੋ ਕਹਿੰਦਾ। ਹਲ ਮਾਰ ਕੇ ਰੋਟਾਵੇਟਰ ਮਾਰ ਹੀ ਦੇਵਾਂਗੇ, ਨਹੀਂ ਫਿਰ ਸੁਬਹ ਮਾਰ ਕੇ ਹੁੰਦਾ ਝੋਨੇ ਵਾਲਾ ਕੰਮ ਅੱਜ ਆਪਣਾ ਨੱਕੀ ਆ ਸਾਰਾ। ਅਤੇ ਠੀਕ ਹੈ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਵਲੋਗ ਨਵੀਂ ਵੀਡੀਓ ਤਿਆਰ ਦਿਓ।